ਜਿਹੜੀਆਂ ਗੱਲਾਂ ਯਾਦ ਰੱਖਣ ਯੋਗ ਨੇ ਆਪਣੇ, ਉਹ ਇਹ ਕਿ ਖਾਲਸਾ ਪੰਥ 'ਚ ਬਾਬਾ ਜੀ ਦੀ ਉਮਰ 8 ਸਾਲ ਹੈ ਕੇਵਲ। 1708 'ਚ ਅੰਮ੍ਰਿਤ ਛਕਿਆ ਸੀ, 1716 'ਚ ਸ਼ਹਾਦਤ ਹੋਈ ਸੀ। ਖਾਲਸਾ ਪੰਥ 'ਚ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਆਪਣੇ ਸਾਰੇ ਅੰਮ੍ਰਿਤਧਾਰੀ ਵੀਰ ਭੈਣਾਂ ਬੈਠੇ ਨੇ, ਉਹ ਜਾਣਦੇ ਨੇ ਕਿ ਅੰਮ੍ਰਿਤ ਛਕਾਉਣ ਵਾਲੇ ਦੀ ਜਿਹੜੀ ਰਸਮ ਹੁੰਦੀ ਹੈ ਉਹਦੇ 'ਚ ਇਹ ਆਖਿਆ ਜਾਂਦਾ ਕਿ ਭਾਈ ਅੱਜ ਤੋਂ ਬਾਅਦ ਤੁਹਾਡਾ ਪਿਛਲਾ ਜਨਮ, ਪਿਛਲਾ ਕਰਮ, ਪਿਛਲਾ ਧਰਮ ਖਤਮ। ਅੱਜ ਤੁਹਾਡਾ ਨਵਾਂ ਜਨਮ ਹੋਇਆ। ਅੱਜ ਤੋਂ ਬਾਅਦ ਤੁਹਾਡੇ ਪਿਤਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਦੇਵਾ ਹੋਣਗੇ ਅਤੇ ਤੁਸੀਂ ਵਾਸੀ ਅਨੰਦਪੁਰ ਦੇ ਹੋਵੋਗੇ। ਤੁਹਾਡਾ ਜਨਮ ਸਥਾਨ ਅਨੰਦਪੁਰ। ਤੋ ਬਾਬਾ ਬੰਦਾ ਸਿੰਘ ਜੀ ਦਾ ਜਨਮ 1708 'ਚ ਹੋਇਆ ਖਾਲਸਾ ਪੰਥ 'ਚ। 1716 'ਚ ਸ਼ਹਾਦਤ ਹੋ ਗਈ। 8 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਧਰਤੀ ਉੱਤੇ ਕਰਾਮਾਤਾਂ ਤੋਂ ਕਰਾਮਾਤਾਂ ਵਰਤਾਈਆਂ। ਸਿੱਕਾ ਚਲਾਇਆ, ਜਿਹੜਾ ਉਹੀ ਸਿੱਕਾ ਬਾਅਦ ਵੀ ਚੱਲਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਵੇਲੇ ਤੱਕ। ਦੇਵ ਤੇਗ ਫਤਿਹ, ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਲੋੜਵੰਦਾਂ ਵਾਸਤੇ ਦੇਗ ਲੰਗਰ ਅਤੇ ਜਾਬਰਾਂ ਵਾਸਤੇ ਤੇਗ ਤਲਵਾਰ, ਇਹ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਪ੍ਰਾਪਤ ਹੋਈ।